ਜਿਨ੍ਹਾਂ ਦੇ ਘਰ ਨੂੰ ਅੱਗ ਲੱਗੀ ਕੀ ਲੱਗਦੇ ਤੁਹਾਡੇ? ਹਾਂਜੀ, ਮੇਰਾ ਜੇਠ ਆ ਤੇ ਗ੍ਰੰਥੀ ਸਿੰਘ, ਇਹਨਾਂ ਦੇ ਘਰੇ ਅੱਜ ਅੱਗ ਲੱਗੀ ਆ। ਸਾਰਾ ਸਮਾਨ ਸਰਚਿਆਂ ਦਾ ਮਹਾਂ ਘਰ ਦਾ ਗੁਜ਼ਾਰਾ ਕਰਦੇ ਵਿਚਾਰੇ ਆਪਦਾ ਦਿਹਾੜੀ ਧੁੱਪਾ ਕਰਕੇ। ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦੇ? ਨੁਕਸਾਨ ਤਾਂ ਇਹਨਾਂ ਦਾ ਕੁਛ ਨੀ ਬਚਿਆ, ਮੰਜੇ ਵੀ ਸੜ ਗਏ, ਬਿਸਤਰੇ ਵੀ ਸੜ ਗਏ, ਉੱਤੇ ਲੈਣ ਵਾਲਾ ਕੱਪੜਾ ਕੋਈ ਨੀ ਰਹਿ ਗਿਆ, ਪੱਕਿਆਂ ਤੱਕ ਸੜ ਗਏ ਵਿਚਾਰਿਆਂ ਦੇ। ਨੁਕਸਾਨ ਇਹਨਾਂ ਦਾ ਹੋ ਗਿਆ ਵਾ ਵੀ ਅੱਜ ਦਾ 20-25 ਹਜ਼ਾਰ ਦਾ ਹੋ ਗਿਆ ਵਾ। ਕੀ ਮੰਗ ਕਰਦੇ ਜਣਾ? ਇਹਨਾਂ ਵਿਚਾਰਿਆਂ ਨੂੰ ਕੋਈ ਨਿਸਾਬ ਮਿਲਿਆ ਜਾਵੇ ਇਹਨਾਂ ਦਾ, ਇਹ ਮਹੀਨਾ ਤੇ ਸਾਰਾ ਇਹਨਾਂ ਦਾ ਨੁਕਸਾਨ ਹੋ ਜਾਂਦਾ, ਤੇ ਇਹਨਾਂ ਦੀ ਕੋਈ ਸਹਾਇਤਾ ਕਰੀ ਜਾਵੇ। ਉਮੀਦ ਕਰ। ਕਿਹੜਾ ਪਿੰਡ ਆ? ਸੁਭਰਾ। ਕੀ ਗੱਲ ਜਿਹੜੀ ਤੁਹਾਡੇ ਘਰ ਨੂੰ ਅੱਗ ਲੱਗੀ? ਮੇਰੇ ਪਤਾ ਨੀ ਲੱਗਾ ਤੇ ਅਚਾਨਕ ਬੈਠੇ ਆ ਤੇ ਬੈਠੇ ਧੂੰਆਂ ਨਿਕਲਿਆ ਇੱਕੇ ਦਮ ਤੇ ਭੱਜ ਕੇ ਬੁਝਾਈ ਬੁਝਾਈ ਮੇਰੇ ਕੋਲ, ਨਾ ਵੇ ਤੇ ਬੜਾ ਨੁਕਸਾਨ ਹੋ ਜਾਣਾ। ਜੇ ਤੁਹਾਡੇ ਪਤੀ ਉਹ ਕੀ ਕੰਮ ਕਰਦੇ ਆ? ਉਹ ਪਾਠੀ ਗ੍ਰੰਥੀ ਦਾ। ਅੱਛਾ, ਪਾਠ ਕਰ। ਕੁੜੀ ਦਾ ਵੀ ਕਹਿੰਦੇ ਸਮਾਨ ਸਮਾਨ? ਹਾਂ, ਕੁੜੀ ਦਾ ਵਿੱਚ ਆ ਕੰਬਲ ਕੁੰਬਲ ਇਹ ਵਿਚਾਰੀ ਦਾ ਸਾਰਾ ਕੁਝ। ਕਿੰਨਾ ਕੁ ਨੁਕਸਾਨ ਜਿਹੜਾ ਹੋਇਆ? ਕਾਣ ਵੀਰ ਵਾਧੂ ਹੀ ਹੋ ਗਿਆ ਨਾ, ਕੀ ਕਰਾਂ, ਤਾਂ ਪਾਉਣ ਲੀੜਾ ਵੀ ਨਹੀਂ ਬਚਿਆ ਕੋਈ, ਤੇ ਉਹ ਲੀੜੇ ਜਿਹੜੇ ਗਲ ਪਾਏ। ਕੀ ਮੰਗ ਕਰਦੇ ਜਾਣ ਦੇ? ਮੰਗ ਇਹੋ ਕਰਦੇ ਕੋਈ ਮਾੜੀ ਮਾਇਤ ਕਰੇ ਤੇ ਕਰਦੇ ਹੱਥ ਜੋੜ ਕੇ ਤੇ ਸਾਡੀ ਮਾਇਤ ਜ਼ਰੂਰ ਕੀਤੀ ਜਾਏ। 2 ਲੱਖ ਰੁਪਈਆ ਤੇ ਅੱਗੇ ਦੇਣ ਵਾਲਾ ਕਰਜ਼ਾ ਸਿਰ ਚੜਿਆ। ਮੇਰਾ ਨਾਂ ਤਰਲੋਕ ਸਿੰਘ ਜੀ। ਕਿਹੜਾ ਪਿੰਡ ਆ? ਪਿੰਡ ਸੁਭਰਾ ਵਾ ਜੀ। ਕੀ ਗੱਲ ਹੋਈ ਤੁਹਾਡੇ ਘਰ ਨੂੰ ਅੱਗ? ਅਚਾਨਕ ਹੀ ਅੱਗ ਲੱਗ ਜਾਂਦੀ ਆ ਜੀ, ਕਾਫੀ ਨੁਕਸਾਨ ਹੋ ਗਿਆ ਅੱਜ ਤਾਂ ਬਹੁਤ ਜ਼ਿਆਦਾ। ਕਿੰਨਾ ਕੁ ਨੁਕਸਾਨ ਹੋਇਆ ਜਿਹੜਾ? ਨੁਕਸਾਨ ਕਾਫੀ, ਲੀੜੇ ਕੱਪੜੇ ਸੜ ਗਏ, ਮੰਜੇ ਸੜ ਗਏ, ਔਰ ਮਤਲਬ ਕਿ ਮੇਰੀ ਲੜਕੀ ਦਾ ਕੋਈ ਸਮਾਨ ਪਿਆ ਸੀ ਉੱਥੇ ਬਣਾ ਕੇ ਰੱਖਿਆ। ਮੈਂ ਲੜਕੀ ਮੇਰੀ ਕੁਆਰੀ ਆ, ਇੱਕ ਜੇ ਲੜਕੀ ਮੇਰੀ ਵਿਆਹੁਣ ਵਾਲੀ, ਇੱਕ ਮੈਂ ਵਿਆਹ ਰਹੀ ਆ, ਇੱਕ ਲੜਕਾ ਮੇਰਾ, ਕਮਾਈ ਦਾ ਕੋਈ ਸਾਧਨ ਨਹੀਂ ਹੈਗਾ। ਮੈਂ ਪਾਠੀ ਸਿੰਘ ਆ, ਪਾਠੀ ਪਾਠ ਕਰਕੇ ਆਪਦਾ ਟਾਈਮ ਪਾਸ ਕਰਦਾ। ਕਿੰਨਾ ਕੁੜਾ ਨੁਕਸਾਨ ਤੁਹਾਡੇ ਘਰ ਦਾ ਹੋ ਗਿਆ? ਇਹ ਨੁਕਸਾਨ ਅੱਜ ਵਾਲਾ ਕਾਫੀ ਹੋ ਗਿਆ ਵਾ ਜੀ, ਬਹੁਤ ਜ਼ਿਆਦਾ ਕਾਫੀ ਨੁਕਸਾਨ ਹੋ ਗਿਆ। ਕੋਈ ਸੜ ਗਿਆ, ਪਜਾਮਾ ਸੜ ਗਿਆ ਮੇਰਾ ਵਿੱਚ ਇੱਥੇ ਪਿਆ ਹੈ ਮੰਜੇ ਦੇ। ਨੂੰ ਜਾਂ ਹੋਰ ਕੋਈ ਸੰਸਥਾ ਨੂੰ ਬੇਨਤੀ ਕਰਦਾ ਕਿ ਉਹ ਮੇਰੀ ਕੋਈ ਹੈਲਪ ਕੀਤੀ ਜਾਵੇ। ਕਿੰਨਾ ਤੁਹਾਡਾ ਮੋਬਾਈਲ ਨੰਬਰ ਜੇਕਰ ਕਿਸੇ ਨੇ ਤੁਹਾਡੇ ਨਾਲ? ਮੋਬਾਈਲ ਨੰਬਰ 9851। ਹਾਂਜੀ, 9851। ਗਾੜੀ 99864। ਇੱਕ ਵਾਰ ਫਿਰ ਦੱਸ ਦਿਓ। 9851 99864।